Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਸਾਰੇ ਮੇਰੇ ਲਈ ਪਰੇਸ਼ਾਨ ਹੋ, ਪਰ ਹੁਣ ਪੁਰਾਣੀਆਂ ਗੱਲਾਂ ਛੱਡੋ ਤੇ ਜ਼ਿੰਦਗੀ 'ਚ ਅੱਗੇ ਵਧੋ। ਇਸ ਲਈ ਮੈਂ ਫੈਸਲਾ ਲਿਆ ਕਿ 2 ਦਿਨ ਬਾਅਦ ਹੋਣ ਵਾਲਾ ਵਿਆਹ ਹੁਣ ਕੱਲ ਹੀ ਹੋਏਗਾ। ਜਿਹਨੇ ਵਿਆਹ 'ਚ ਆਣਾ ਮੋਸਟ ਵੈਲਕਮ, ਜਿਹਨੇ ਨਹੀਂ ਆਣਾ ਕੋਈ ਫਰਕ ਨਹੀਂ ਪੈਂਦਾ। ਪਰ ਹੁਣ ਇਹ ਵਿਆਹ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਬਸ ਇੱਥੇ ਮੈਂ ਇਹੀ ਅਨਾਊਂਸਮੈਂਟ ਕਰਨ ਆਈ ਸੀ। ਹੁਣ ਤੁਸੀਂ ਸਾਰੇ ਜਾਣੇ ਕੱਲ੍ਹ ਵਿਆਹ ਦੀਆਂ ਤਿਆਰੀਆਂ ਕਰੋ। ਆਪਾਂ ਇਹ ਵਿਆਹ ਕੱਲ੍ਹ ਹੀ ਕਰਵਾਵਾਂਗੇ। ਮੋਮ, ਮੈਂ ਕੱਲ੍ਹ ਵਿਆਹ ਵਾਲੇ ਕੱਪੜੇ ਪਾ ਕੇ ਤੁਹਾਡੇ ਸਾਹਮਣੇ ਖੜਾ ਹੋ ਜਾਊਂਗਾ, ਫਿਰ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗਾ। ਪਰ ਇਹਦੇ ਲਈ ਤੁਹਾਨੂੰ ਮੇਰੀਆਂ 2 ਸ਼ਰਤਾਂ ਮੰਨਣੀਆਂ ਪੈਣੀਆਂ। ਸ਼ਰਤਾਂ? ਕਿਹੜੀਆਂ ਸ਼ਰਤਾਂ? ਮੋਮ, ਪਹਿਲੀ ਕਿ ਤੁਸੀਂ ਗੁਰਮਨ ਆਂਟੀ ਅਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਇਸ ਵਿਆਹ ਲਈ ਇਨਵਾਈਟ ਕਰੋਗੇ। ਅਤੇ ਤੁਸੀਂ ਆਪ ਉਹਨਾਂ ਦੇ ਘਰ ਜਾ ਕੇ ਇਨਵੀਟੇਸ਼ਨ ਦੇ ਕੇ ਆਉਂਗੇ। ਮੈਂ ਚਾਹੁੰਦਾ ਗੁਰਮਨ ਆਂਟੀ ਅਤੇ ਉਹਨਾਂ ਦੀ ਪੂਰੀ ਫੈਮਿਲੀ ਇਹ ਵਿਆਹ ਦਾ ਹਿੱਸਾ ਬਣਨ। ਉਹ ਸਾਡੇ ਪਰਿਵਾਰ ਦੇ ਸਭ ਤੋਂ ਪੁਰਾਣੇ ਦੋਸਤ ਨੇ ਮੋਮ। ਉਹਨਾਂ ਨਾਲ ਸਾਡਾ ਰਿਸ਼ਤਾ ਕਿਸੇ ਖੂਨ ਦੇ ਰਿਸ਼ਤੇ ਤੋਂ ਵੀ ਵੱਡਾ ਹੈ। ਅਤੇ ਨਵਿਆਂ ਰਿਸ਼ਤਿਆਂ ਨੂੰ ਬਣਾਉਣ ਲਈ ਇਸ ਦਿਲ ਅਤੇ ਦੋਸਤੀ ਦੇ ਰਿਸ਼ਤੇ ਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਮੋਮ। ਦੂਸਰੀ ਸ਼ਰਤ ਕੀ ਹੈ? ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਅਤੇ ਅਰਸ਼ਪ੍ਰੀਤ ਦੇ ਵਿਆਹ ਤੋਂ ਬਾਅਦ ਉਹਨਾਂ ਨਾਲ ਦੋਸਤੀ ਅਤੇ ਪਿਆਰ ਉੱਦਾਂ ਹੀ ਬਣਾ ਕੇ ਰੱਖੋਗੇ ਜਿੱਦਾਂ ਕਦੇ ਪਹਿਲਾਂ ਹੁੰਦਾ ਸੀ। ਅਤੇ ਹੁਣ ਤੱਕ ਜੋ ਵੀ ਤੁਸੀਂ ਉਹਨਾਂ ਨਾਲ ਗਲਤ ਕੀਤਾ ਨਾ, ਤੁਸੀਂ ਉਹਦੇ ਲਈ ਉਹਨਾਂ ਤੋਂ ਮਾਫ਼ੀ ਵੀ ਮੰਗੋਗੇ। ਜੇ ਤੁਸੀਂ ਮੇਰੀ ਇਹ ਸ਼ਰਤ ਮੰਨ ਲੈਂਦੇ ਹੋ ਨਾ ਮੋਮ, ਅਤੇ ਮੈਂ ਕੱਲ੍ਹ ਹੀ ਅਰਸ਼ਪ੍ਰੀਤ ਨਾਲ ਵਿਆਹ ਕਰਵਾ ਲਊਂਗਾ। ਮੈਂ ਅੱਜ ਤੱਕ ਤੁਹਾਡੇ ਤੋਂ ਕੁਛ ਨਹੀਂ ਮੰਗਿਆ ਮੋਮ, ਅਤੇ ਨਾ ਹੀ ਤੁਹਾਡੇ ਕਿਸੇ ਫੈਸਲੇ 'ਤੇ ਅੱਜ ਤੱਕ ਸਵਾਲ ਕੀਤਾ। ਪਲੀਜ਼ ਮੋਮ, ਮੇਰੇ ਵਿਆਹ ਵਾਲੇ ਦਿਨ ਮੈਨੂੰ ਆਹ ਤੋਹਫ਼ਾ ਦੇ ਦਿਓ।
ਪੁੱਤ ਤੂੰ ਕਿਹਦੇ ਅੱਗੇ ਰਿਸ਼ਤੇ ਨਿਭਾਉਣ ਦੀ ਸ਼ਰਤ ਰੱਖ ਰਿਹਾ? ਤੇਰੀ ਮਾਂ ਨੂੰ ਨਾ ਤਾਂ ਰਿਸ਼ਤਿਆਂ ਦਾ ਮਤਲਬ ਪਤਾ ਤੇ ਨਾ ਹੀ ਦੋਸਤੀ ਦਾ। ਇਹਨੂੰ ਇਹ ਸਭ ਦੀ ਇੰਪੋਰਟੈਂਸ ਤਾਂ ਪਤਾ ਹੋਵੇ ਜੇ ਇਹਨੇ ਕਦੇ ਦੋਸਤੀ ਦਾ ਰਿਸ਼ਤਾ ਨਿਭਾਇਆ ਹੋਵੇਗਾ। ਸਰਤਾਜ, ਬਿਹਤਰ ਇਹੀ ਹੈ ਕਿ ਤੂੰ ਪ੍ਰਭਜੋਤ ਤੋਂ ਇਹ ਸਭ ਦੀ ਉਮੀਦ ਨਾ ਕਰ। ਇਹ ਸਭ ਨਹੀਂ ਹੋਣਾ ਇਹਦੇ ਤੋਂ। ਇਹਨੂੰ ਸਿਰਫ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਆਉਂਦਾ ਹੈ। ਇਹਨੂੰ ਦੂਜਿਆਂ ਨੂੰ ਜ਼ਖਮ ਦੇਣੇ ਆਉਂਦੇ ਨੇ, ਦੂਜਿਆਂ ਦੇ ਜ਼ਖਮਾਂ 'ਤੇ ਮਲਮ ਲਾਉਣਾ ਨਹੀਂ ਆਉਂਦਾ ਇਹਨੂੰ। ਜੇ ਆਂਟੀ ਨੇ ਸਰਤਾਜ ਦੀ ਸ਼ਰਤ ਨਾ ਮੰਨੀ ਤਾਂ ਹੋ ਸਕਦਾ ਸਰਤਾਜ ਵਿਆਹ ਲਈ ਮਨਾ ਕਰ ਦੇ, ਪਰ ਜੇ ਆਂਟੀ ਨੇ ਸ਼ਰਤ ਮੰਨ ਲਈ ਤਾਂ ਸਾਡੇ ਵਿਆਹ ਤੋਂ ਬਾਅਦ ਕੀਰਤ ਲਈ ਸਰਤਾਜ ਦੇ ਨੇੜੇ ਆਉਣ ਦੇ ਹੋਰ ਰਾਹ ਖੁੱਲ ਜਾਣਗੇ। ਠੀਕ ਹੈ, ਮੈਂ ਖੁਦ ਜਾ ਕੇ ਗੁਰਮਨ ਨੂੰ ਤੇਰੇ ਵਿਆਹ ਲਈ ਇਨਵਾਈਟ ਕਰਾਂਗੀ। ਅਤੇ ਉਹ ਤੋਂ ਮਾਫ਼ੀ ਮੰਗ ਕੇ ਦੋਸਤੀ ਦਾ ਹੱਥ ਵੀ ਵਧਾਉਂਗੀ। ਹੁਣ ਤਾਂ ਤੂੰ ਖੁਸ਼ ਹੈ ਨਾ? ਮੈਨੂੰ ਪਤਾ ਹੈ ਕਿ ਇੱਥੇ ਖੜੇ ਹਰ ਇਨਸਾਨ ਨੂੰ ਲੱਗਦਾ ਕਿ ਮੈਂ ਇੱਕ ਸੈਲਫਿਸ਼ ਇਨਸਾਨ ਹਾਂ ਅਤੇ ਮੈਨੂੰ ਕਿਸੇ ਦੀ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਲਈ ਮੇਰਾ ਸਰਤਾਜ ਅਤੇ ਉਹਦੀਆਂ ਖੁਸ਼ੀਆਂ ਇੰਪੋਰਟੈਂਟ ਹੈ। ਇਹਨੂੰ ਮੇਰੀ ਇੰਨੀ ਕਦਰ ਹੈ ਕਿ ਇਹ ਮੇਰੇ ਕਹਿਣ 'ਤੇ ਮੇਰੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਰਿਹਾ ਅਤੇ ਮੈਂ ਇਹਦੀ ਇੰਨੀ ਗੱਲ ਤਾਂ ਮੰਨ ਨਹੀਂ ਸਕਦੀ ਹਾਂ ਨਾ। ਆਪਣੇ ਪੁੱਤਰ ਲਈ ਤਾਂ ਮੈਂ ਆਪਣੀ ਜਾਨ ਵੀ ਦੇ ਸਕਦੀ ਹਾਂ, ਫਿਰ ਇਹ ਤਾਂ ਮੈਨੂੰ ਕਿਸੇ ਅੱਗੇ ਦੋਸਤੀ ਦਾ ਹੱਕ ਵਧਾਉਣ ਨੂੰ ਕਹਿ ਰਿਹਾ। ਤੂੰ ਫਿਕਰ ਨਾ ਕਰ ਸਰਤਾਜ, ਮੈਂ ਤੇਰੀ ਇਹ ਸ਼ਰਤ ਮੰਨਾਂਗੀ। ਮੈਂ ਹੁਣੇ ਮਿਠਾਈ ਲੈ ਕੇ ਗੁਰਮਨ ਦੇ ਘਰ ਜਾਂਦੀ ਹਾਂ ਅਤੇ ਉਹਨੂੰ ਵਿਆਹ ਲਈ ਇਨਵਾਈਟ ਕਰਕੇ ਆਉਂਦੀ ਹਾਂ। ਸਰਤਾਜ ਨੇ ਇਹ ਸਭ ਮੇਰੇ ਲਈ ਕੀਤਾ। ਉਹਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਮਨੀ ਅਤੇ ਉਹਦੇ ਪਰਿਵਾਰ ਨਾਲ ਕਿੰਨਾ ਪਿਆਰ ਕਰਦਾ, ਪਰ ਮੈਂ ਸਰਤਾਜ ਦੀਆਂ ਖੁਸ਼ੀਆਂ ਲਈ ਫਿਲਹਾਲ ਕੁਝ ਨਹੀਂ ਕਰ ਪਾ ਰਿਹਾ। ਬਾਬਾ ਜੀ, ਹੁਣ ਤੁਸੀਂ ਹੀ ਮੇਰੀ ਮਦਦ ਕਰ ਸਕਦੇ ਹੋ। ਕਾਸ਼ ਪੁਰਾਣੇ ਦਿਨ ਵਾਪਸ ਆ ਜਾਣ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵਕਤ ਸਾਨੂੰ ਇਸ ਮੋੜ 'ਤੇ ਲਿਆ ਕੇ ਖੜਾ ਕਰ ਦੂਗਾ ਤਾਂ ਮੈਂ ਸਾਰਾ ਕੁਛ ਕਦੇ ਨਹੀਂ ਸੀ ਹੋਣ ਦੇਣਾ। ਕਦੇ ਕਦੇ ਜੀ ਕਰਦਾ ਹੁੰਦਾ ਬਚਪਨ ਦੇ ਉਹ ਸਾਰੇ ਪਲ ਦੁਬਾਰਾ ਜਿਉਈ, ਜਿੱਥੇ ਨਾ ਕੋਈ ਦੁੱਖ ਸੀ ਨਾ ਕੋਈ ਟੈਨਸ਼ਨ, ਸਿਰਫ ਸੱਚੀ ਦੋਸਤੀ ਦਾ ਅਹਿਸਾਸ ਸੀ। ਬੇਸ਼ੱਕ ਮੈਂ ਅੱਜ ਆਪਣਾ ਪਿਆਰ ਗਵਾਤਾ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਮੰਮੀ ਪਾਪਾ ਆਪਣੇ ਸਾਲਾਂ ਦੀ ਦੋਸਤੀ ਗਵਾਉਣ। ਮੈਂ ਕੁਛ ਨਾ ਕੁਛ ਕਰਕੇ ਇਹਨਾਂ ਪਰਿਵਾਰਾਂ ਨੂੰ ਤਾਂ ਹਮੇਸ਼ਾ ਲਈ ਜੋੜ ਕੇ ਰਹਾਂਗੀ।
ਇਹ ਦੋਸਤ ਦੁਬਾਰਾ ਤੋਂ ਇੱਕ ਦੂਜੇ ਦੇ ਨਾਲ ਰਹਿਣਗੇ, ਜ਼ਰੂਰ ਰਹਿਣਗੇ। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।